ਸੋਸੀ ਟੈਕ ਦਿਓ SSV ਐਂਟਰਟੇਨਮੈਂਟ ਤੁਹਾਡਾ ਆਪਣਾ ਚੈਨਲ ਲਓ ਜੀ ਦੋਸਤੋ ਅੱਜ ਫੇਰ ਆਪਾਂ ਦੇਤਵਾਲ ਪਿੰਡ ਦੀ ਹੀ ਸੈਰ ਕਰਾਂਗੇ ਨਾਲੇ ਤੁਹਾਨੂੰ ਕੁਝ ਹੋਰ ਪਿੰਡ ਦੇ ਪਤਵੰਤੇ ਸੱਜਣਾ ਬਾਰੇ ਦੱਸਾਂਗੇ ਤੇ ਫਿਰ ਤੁਹਾਡੇ ਕੁਝ ਕਮੈਂਟਾਂ ਦੇ ਜਵਾਬ ਵੀ ਦੇਵਾਂਗੇ ਤੇ ਅਖੀਰ ਚ ਤੁਹਾਡਾ ਸਾਰਿਆਂ ਦਾ ਹੀ ਨਾਮ ਦੱਸਾਂਗੇ ਜਿਨ੍ਹਾਂ ਨੇ ਦੇਤਵਾਲ ਪਿੰਡ ਦੀ ਡਾਕੂਮੈਂਟਰੀ ਨੂੰ ਪਸੰਦ ਕੀਤਾ ਤੇ ਸਾਨੂੰ ਸ਼ਾਬਾਸ਼ ਦਿੱਤੀ ਚਲੋ ਫਿਰ ਸ਼ੁਰੂ ਕਰਦੇ ਆਂ ਜੀ ਦੇਤਵਾਲ ਪਿੰਡ ਦਾ ਭਾਗ ਤੀਜਾ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪਿੰਡ ਚੋਂ ਆਏ ਇੱਕ ਟੈਲੀਫੋਨ ਬਾਰੇ ਦੱਸ ਦਿੰਨਾ ਇੱਕ ਵੀਰ ਸਾਨੂੰ ਫੋਨ ਕਰਕੇ ਕਹਿੰਦਾ ਕਿ ਤੁਸੀਂ ਬਾਬਾ ਸ਼ਰਨਦਾਸ ਜੀ ਦੀ ਜਗਾ ਦੀ ਵੀਡੀਓ ਅਗਲੇ ਭਾਗ ਵਿੱਚ ਨਾ ਪਾਇਓ ਕਿਉਂਕਿ ਉਹ ਸਾਡੀ ਜ਼ਮੀਨ ਜਾ ਤੇ ਸਾਡੀ ਹੋਈ ਆ ਤੇ ਵੀਰ ਕਾਫੀ ਗੁੱਸੇ 'ਚ ਵੀ ਸੀ ਪਰ ਵੀਰ ਜੀ ਉਹ ਦਿਨ ਸਾਨੂੰ ਕਿਸੇ ਵੀ ਪਿੰਡ ਦੇ ਬੰਦੇ ਨੇ ਦੱਸਿਆ ਹੀ ਨਹੀਂ ਕਿ ਉਸ ਜਗ੍ਹਾ ਦੀ ਫੋਟੋ ਜਾਂ ਵੀਡੀਓ ਬਣਾਉਣੀ ਹੋਵੇ ਤਾਂ ਉਸ ਜ਼ਮੀਨ ਦੇ ਮਾਲਕਾਂ ਤੋਂ ਇਜਾਜ਼ਤ ਲੈਣੀ ਪੈਂਦੀ ਆ ਜੇ ਸਾਨੂੰ ਪਿੰਡ ਦੇਤਵਾਲ ਦਾ ਕੋਈ ਬੰਦਾ ਵੀ ਦੱਸ ਦਿੰਦਾ ਤਾਂ ਵੀਰ ਅਸੀਂ ਫੋਟੋ ਤਾਂ ਕੀ ਬਾਬਾ ਜੀ ਦੀ ਪਿੰਡ ਬਸਾਉਣ ਦੀ ਕਹਾਣੀ ਵੀ ਨਾ ਦੱਸਦੇ ਹੁਣ ਕਿਉਂਕਿ ਪਿੰਡ ਦੇ ਲੋਕਾਂ ਨੇ ਹੀ ਕਹਾਣੀ ਦੱਸੀ ਆ ਤੇ ਪਿੰਡ ਦੇ ਲੋਕਾਂ ਨੇ ਸਾਨੂੰ ਬਾਬਾ ਸ਼ਰਨਦਾਸ ਜੀ ਦੀ ਇਹ ਜਗ੍ਹਾ ਦਿਖਾਈ ਆ ਤੇ ਕਿਹਾ ਕਿ ਇਹਨਾਂ ਨੇ ਸਾਡਾ ਪਿੰਡ ਬੰਨਿਆ ਸੀ ਇਹਨਾਂ ਦੀ ਫੋਟੋ ਜ਼ਰੂਰ ਪਾਓ ਸੋ ਵੀਰ ਅਸੀਂ ਤਾਂ ਤੁਹਾਡੇ ਕੋਲੋਂ ਮਾਫੀ ਮੰਗਦੇ ਆ ਕਿ ਸਾਥੋਂ ਬਾਬਾ ਜੀ ਦੀ ਫੋਟੋ ਪਾਈ ਗਈ ਤੇ ਬਾਬਾ ਜੀ ਬਾਰੇ ਸਾਰੀ ਦੁਨੀਆ ਨੂੰ ਦੱਸਿਆ ਗਿਆ ਕਿ ਬਾਬਾ ਜੀ ਨੇ ਪਿੰਡ ਵਸਾਇਆ ਸੀ ਤੇ ਆਹ ਜਗਾ ਵਾ ਉਹਨਾਂ ਦੀ ਪਰ ਜੇ ਉਹਨਾਂ ਦੀ ਮਹਿਮਾ ਤੁਹਾਨੂੰ ਪਸੰਦ ਨਹੀਂ ਆਈ ਤਾਂ ਵੀਰੇ ਅਸੀਂ ਦਿਲੋਂ ਮਾਫੀ ਮੰਗਦੇ ਆਂ ਤੇ ਹੁਣ ਤੁਸੀਂ ਸਾਨੂੰ ਦੱਸਤਾ ਹੁਣ ਆਪਾਂ ਉਹਨਾਂ ਦੀ ਫੋਟੋ ਅੱਜ ਦੇ ਵੀਡੀਓ ਚ ਨਹੀਂ ਪਾਵਾਂਗੇ ਪਰ ਉਸ ਦਿਨ ਜਿਵੇਂ ਪਿੰਡ ਦੇ ਲੋਕ ਬਾਬਾ ਸ਼ਰਨਦਾਸ ਜੀ ਦੀ ਕਹਾਣੀ ਸਾਨੂੰ ਸੁਣਾ ਰਹੇ ਸੀ ਉਦੋਂ ਸਾਨੂੰ ਇਹ ਆਉਂ ਲੱਗਿਆ ਕਿ ਸਾਧੂ ਸੰਤ ਤੇ ਉਹਨਾਂ ਦੀਆਂ ਥਾਵਾਂ ਸਾਰੇ ਪਿੰਡ ਦੀਆਂ ਸਾਂਝੀਆਂ ਹੀ ਹੁੰਦੀਆਂ ਨੇ ਪਰ ਤੁਹਾਡੇ ਮੁਤਾਬਕ ਬਾਬਾ ਸ਼ਰਨਦਾਸ ਜੀ ਦੀ ਜਗ੍ਹਾ ਤੁਹਾਡੀ ਜ਼ਮੀਨ ਚਾ ਤਾਂ ਫੇਰ ਵੀਰ ਉਹ ਇਕੱਲੇ ਤੁਹਾਡੇ ਹੀ ਹੋਣਗੇ ਤੇ ਤੁਹਾਡੇ ਹੀ ਉਹਨਾਂ ਤੇ ਹੱਕਾਂ ਜਿਉਂਦੇ ਰਹੋ ਰੱਬ ਤੁਹਾਨੂੰ ਲੰਮੀ ਤੇ ਤੰਦਰੁਸਤ ਜ਼ਿੰਦਗੀ ਦੇਵੇ ਫੇਰ ਦੋਸਤੋ ਪਿੰਡ ਦੇਤਵਾਲ ਦੇ ਪਹਿਲੇ ਭਾਗ ਚ ਇੱਕ ਗਲਤੀ ਸਾਥੋਂ ਹੋ ਗਈ ਸੀ ਉਹ ਇਹ ਕਿ ਪਿੰਡ ਦੇ ਇੱਕ ਪੰਚਾਇਤ ਮੈਂਬਰ ਸਹਿਬਾਨ ਦਾ ਨਾਮ ਸਾਥੋ ਗਲਤ ਲਿਖਿਆ ਗਿਆ ਤੇ ਬੋਲਿਆ ਗਿਆ ਸੀ ਉਹਨਾਂ ਦਾ ਨਾਮ ਹੈ ਸਰਦਾਰ ਹਰ ਸਿਮਰਨ ਸਿੰਘ ਜੀ ਤੇ ਸਾਥੋਂ ਗਲਤੀ ਨਾਲ ਬੀਬੀ ਹਰਸਿਮਰਨ ਕੌਰ ਜੀ ਬੋਲਿਆ ਗਿਆ ਸੀ ਤੇ ਇਸ ਗੱਲ ਦੀ ਮੈਂ ਦਿਲੋਂ ਮਾਫੀ ਮੰਗਦਾ ਪਰ ਵੀਰ ਪੰਚਾਇਤ ਦੇ ਨਾਮ ਤਾਂ ਸਾਨੂੰ ਤੁਹਾਡੇ ਪਿੰਡ ਦੇ ਪਤਵੰਤੇ ਸੱਜਣਾ ਨੇ ਹੀ ਲਿਖ ਕੇ ਦਿੱਤੇ ਸੀ ਸ਼ਾਇਦ ਉਹਨਾਂ ਤੋਂ ਹੀ ਲਿਖਣ 'ਚ ਕੋਈ ਗਲਤੀ ਹੋ ਗਈ ਹੋਵੇ ਪਰ ਫਿਰ ਵੀ ਇਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਤੁਹਾਡੇ ਕੋਲੋਂ ਤੇ ਤੁਹਾਡੇ ਪੂਰੇ ਪਰਿਵਾਰ ਕੋਲੋਂ ਫਿਰ ਦੋਸਤੋ ਆ ਵੀਰਾ ਸਰਦਾਰ ਦਰਸ਼ਨ ਸਿੰਘ ਫੌਜੀ ਤੇ ਉਹਨਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਜੀ ਬਾਈ ਦਰਸ਼ਨ ਸਿੰਘ ਨੂੰ ਪਿੰਡ 'ਚ ਕਾਲਾ ਮਿਸਤਰੀ ਵੀ ਕਹਿੰਦੇ ਨੇ ਕਿਉਂਕਿ ਇਹ ਰਾਜ ਮਿਸਤਰੀ ਦਾ ਕੰਮ ਹੈ ਕਰਦੇ ਨੇ ਤੇ ਕਹਿੰਦੇ ਇਹ ਬਹੁਤ ਵਧੀਆ ਮਿਸਤਰੀ ਨੇ ਇਹਨਾਂ ਨੂੰ ਵੀ ਘਰ ਤੇ ਕੋਠੀਆਂ ਬਣਾਉਣ ਲਈ ਸੱਦਿਆ ਕਰੋ ਜੀ ਫਿਰ ਦੋਸਤੋ ਆ ਨੇ ਸਵਰਗਵਾਸੀ ਸਰਦਾਰ ਆਸਾ ਸਿੰਘ ਜੀ ਇਹ ਬਹੁਤ ਲੰਮਾ ਸਮਾਂ ਪਿੰਡ ਦੇ ਸਰਪੰਚ ਰਹੇ ਨੇ ਫਿਰ ਕਾਫੀ ਲੰਮਾ ਸਮਾਂ ਪਿੰਡ ਦੇ ਨੰਬਰਦਾਰ ਵੀ ਰਹੇ ਨੇ ਬਾਕੀ ਇਹਨਾਂ ਬਾਰੇ ਤੁਹਾਨੂੰ ਭਾਈ ਅਮਨਦੀਪ ਸਿੰਘ ਜੀ ਨੇ ਪਿੰਡ ਦੇ ਪਹਿਲੇ ਪਾਗ ਵਿੱਚ ਦੱਸ ਹੀ ਦਿੱਤਾ ਸੀ ਕਿ ਸਰਦਾਰ ਆਸਾ ਸਿੰਘ ਜੀ ਪਾਕਿਸਤਾਨ ਦੇ ਸਰਗੋਦਾ ਜ਼ਿਲ੍ਹੇ ਤੋਂ ਆ ਕੇ ਦੇਤਵਾਲ ਪਿੰਡ 'ਚ ਬਸੇ ਸੀ ਤੇ ਉਹਨਾਂ ਨੇ ਹੀ ਪਿੰਡ ਦੇ ਸਕੂਲ ਲਈ ਜ਼ਮੀਨ ਵੀਦਾਨ ਕੀਤੀ ਸੀ। ਜਾਣੀ ਹੋਰ ਵੀ ਇਹਨਾਂ ਬਾਰੇ ਵਿਸਥਾਰ ਨਾਲ ਭਾਈ ਮਨਦੀਪ ਸਿੰਘ ਜੀ ਦੱਸ ਚੁੱਕੇ ਨੇ ਪਹਿਲੇ ਪਾਗ 'ਚ। ਫਿਰ ਦੋਸਤੋ ਸਾਨੂੰ ਕਰਨ ਰੰਧਾਵਾ ਵੀਰ ਜੀ ਦਾ ਕਮੈਂਟ ਆਇਆ। ਕਹਿੰਦੇ ਜੀ ਵੀਡੀਓ ਸੋਹਣੀ ਆ ਪਰ ਤੁਸੀਂ ਮੱਝ ਵੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਬਾਰੇ ਨਹੀਂ ਬੋਲੇ। ਧੰਨਵਾਦ ਰੰਧਾਵਾ ਸਾਹਿਬ ਜੀ। ਵੀਰ ਪੰਡੇ ਸਾਨੂੰ ਚਾਰ ਗੁਰੂ ਘਰ ਹੀ ਮਿਲੇ ਨੇ ਤੇ ਚਾਰ ਹੀ ਅਸੀਂ ਦਿਖਾਏ ਨੇ ਤੇ ਜੇ ਉੱਥੇ ਕੋਈ ਹੋਰ ਮੱਝ ਵੀ ਸिखਾਂ ਦਾ ਅੱਡ ਗੁਰਦੁਆਰਾ ਸਾਹਿਬ ਹੋਵੇ ਤੇ ਉਹ ਸਾਥੋਂ ਰਹਿ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਮੰਗਦੇ ਆ ਜਿਉਂਦੇ ਰਹੋ ਵੀਰ ਫੇਰ ਸਾਨੂੰ ਡਾਕਟਰ ਅਮਰਜੀਤ ਸਿੰਘ ਜੀ ਦਾ ਕਮੈਂਟ ਆਇਆ ਤੇ ਕਹਿੰਦੇ ਜੀ ਤੁਸੀਂ ਮੇਜਰ ਸਿੰਘ ਜੋ ਭਾਜਪੀ ਦੇ ਪ੍ਰਧਾਨ ਨੇ ਉਹਨਾਂ ਬਾਰੇ ਨਹੀਂ ਬੋਲੇ ਵਾਹ ਡਾਕਟਰ ਸਾਹਿਬ ਜੀ ਹੈਰਾਨ ਆ ਜੀ ਮੈਂ ਤੁਹਾਡੇ ਤੋਂ ਡਾਕਟਰ ਸਾਹਿਬ ਤੁਸੀਂ ਤਾਂ ਆਪ ਸਾਡੇ ਨਾਲ ਸੀ ਤੇ ਤੁਸੀਂ ਹੀ ਸਾਨੂੰ ਪਿੰਡ ਦੀਆਂ ਜਾਣਕਾਰੀਆਂ ਦਵਾਈਆਂ ਵੀ ਤੇ ਆਪ ਵੀ ਦਿੱਤੀਆਂ ਉਹਦੇ ਲਈ ਅਸੀਂ ਤੁਹਾਡੀ ਦੋਨਾਂ ਪ੍ਰੋਗਰਾਮਾਂ 'ਚ ਫੋਟੋ ਲਾ ਕੇ ਧੰਨਵਾਦ ਵੀ ਕੀਤਾ ਤੇ ਹੁਣ ਸਾਥੋਂ ਪੁੱਛਦੇ ਹੋ ਕਿ ਬੀਜੇਪੀ ਦੇ ਪ੍ਰਧਾਨ ਸਾਹਿਬ ਬਾਰੇ ਨਹੀਂ ਦੱਸਿਆ ਵੀਰ ਜੀ ਜੇ ਤੁਸੀਂ ਸਾਨੂੰ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਤੇ ਅਸੀਂ ਨਾ ਬੋਲੀ ਹੁੰਦੀ ਫੇਰ ਤੁਸੀਂ ਸਾਡੀ ਗਲਤੀ ਕਰਦੇ ਪਰ ਤੁਸੀਂ ਉਸ ਦਿਨ ਸਾਨੂੰ ਪਿੰਡ ਦੇ ਐਡੇ ਵੱਡੇ ਲੀਡਰ ਸਰਦਾਰ ਮੇਜਰ ਸਿੰਘ ਬਾਰੇ ਦੱਸਿਆ ਹੀ ਨਹੀਂ ਚਲੋ ਕੋਈ ਨਾ ਡਾਕਟਰ ਸਾਹਿਬ ਕਈ ਵਾਰ ਗੱਲ ਦਿਮਾਗ 'ਚੋਂ ਨਿਕਲ ਵੀ ਜਾਂਦੀ ਆ ਪਰ ਹਲੇ ਵੀ ਤੁਸੀਂ ਬਹੁਤ ਟਾਈਮ ਆਲੀ ਯਾਦ ਦਵਾਤਾ ਕਿਉਂਕਿ ਪਿੰਡ ਦੀ ਡਾਕੂਮੈਂਟਰੀ ਇਹੋ ਜੇ ਪੰਜਾਬ ਦੇ ਉੱਬਰ ਦੇ ਲੀਡਰ ਵਜੋਂ ਅਧੂਰੀ ਰਹਿਣੀ ਸੀ ਦੋਸਤੋ ਸਰਦਾਰ ਮੇਜਰ ਸਿੰਘ ਜੀ ਬੀਜੇਪੀ ਦੇ ਪ੍ਰਧਾਨ ਨੇ ਤੇ ਉਹਨਾਂ ਦਾ ਪਿੰਡ ਦੇਤਵਾਲਾ ਧੰਨਵਾਦ ਡਾਕਟਰ ਅਮਰਜੀਤ ਸਿੰਘ ਜੀ ਫਿਰ ਦੋਸਤੋ ਸਾਨੂੰ ਅਕਵਿੰਦਰ ਮਾਲ ਜੀ ਦਾ ਕਮੈਂਟ ਆਇਆ ਤੇ ਉਹ ਕਹਿੰਦੇ ਭਾਈ ਸੀਮੈਂਟ ਵਾਲੀ ਦੁਕਾਨ ਜਸਕਰਨ ਸਿੰਘ ਤੇ ਅਭਿਜੀਤ ਸਿੰਘ ਜੀ ਦੀ ਆ ਜਗਤਾਰ ਸਿੰਘ ਦੀ ਨਹੀਂ ਧੰਨਵਾਦ ਵੀਰ ਜਾਣਕਾਰੀ ਦੇਣ ਲਈ ਫੇਰ ਸਾਨੂੰ ਸੰਗਤਪੁਰੇ ਪਿੰਡ ਦੇ ਪੰਚਾਇਤ ਮੈਂਬਰ ਹਰਦੀਪ ਸਿੰਘ ਡਾਰੀ ਜੀ ਦਾ ਕਮੈਂਟ ਆਇਆ ਉਹਨਾਂ ਨੇ ਪੁੱਛਿਆ ਕਿ ਲੇਖਕ ਪਾਲੀ ਜੀ ਦਾ ਪਿੰਡ ਆ ਇਹ ਹਾਂਜੀ ਵੀਰ ਜੀ ਪਾਲੀ ਦੇਤਵਾਲੀ ਜੀ ਦਾ ਹੀ ਪਿੰਡ ਆ ਇਹ ਧੰਨਵਾਦ ਤੁਹਾਡਾ ਹਰਦੀਪ ਸਿੰਘ ਡਾਰੀ ਜੀ ਫੇਰ ਸਾਨੂੰ ਗੀਤਕਾਰ ਜਸਵੀਰ ਜੱਸੀ ਨੰਗਲ ਕਲਾਂ ਵਾਲੇ ਵੀਰ ਨੇ ਆ ਕਮੈਂਟ ਕੀਤਾ ਕਹਿੰਦੇ ਪਾਲੀ ਦੇਤ ਵਾਲੀਆ ਵਰਗੇ ਨਾਮ ਗੁਰਾਂ ਦਾ ਲੈ ਕੇ ਤਰਗੇ ਧੂੜ ਚੱਕ ਮੱਥੇ ਨੂੰ ਲਾਉਂਦੇ ਜੋ ਸੇਵਾ ਕਰਦੇ ਸੰਗਤਾਂ ਦੀ ਮੋਹ ਮੰਗੀਆਂ ਮਰਾਦਾਂ ਪਾਉਂਦੇ ਜੋ ਸੇਵਾ ਕਰਦੇ ਸੰਗਤਾਂ ਦੀ ਮੋਹ ਮੰਗੀਆਂ ਮਰਾਦਾਂ ਪਾਉਂਦੇ ਧੰਨਵਾਦ ਜਸੀ ਨੰਗਲ ਵੀਰ ਜੀ ਬਹੁਤ ਵਧੀਆ ਸ਼ਬਦਾਂ ਨਾਲ ਤੁਸੀਂ ਆਪਣਾ ਪਿਆਰ ਪੰਜਾਬ ਦੇ ਮਹਾਨ ਗੀਤਕਾਰ ਤੇ ਗਾਇਕ ਪਾਲੀ ਦੇਤਵਾਲੀ ਜਿਨੂੰ ਦਿੱਤਾ ਇਹੀ ਆਪਣੇ ਪੰਜਾਬ ਦੀ ਖੁਸ਼ਬੂ ਬੋੜ ਦੀ ਛਾਂ ਥੱਲੇ ਰਹਿ ਕੇ ਜੋ ਸਵਾਦ ਆਉਂਦਾ ਉਹ ਸਫੈਦੇ ਵਾਂਗੂ ਆਕੜ ਕੇ ਨਹੀਂ ਆਉਂਦਾ ਭਾਵੇਂ ਜੱਸੀ ਨੰਗਲ ਵੀਰ ਅੱਜ ਕੱਲ ਆਪ ਵੀ ਕਾਫੀ ਮਸ਼ਹੂਰ ਹੋ ਰਿਹਾ ਪਰ ਜਿੰਨਾ ਗੀਤਕਾਰਾਂ ਨੂੰ ਦੇਖ ਦੇਖ ਕੇ ਉਹ ਗਾਣੇ ਲਿਖਣ ਲੱਗੇ ਉਹਨਾਂ ਲਈ ਕਿੰਨੀ ਇੱਜ਼ਤ ਆਇਸ ਵੀਰ ਦੇ ਮਨ 'ਚ ਸੱਚੀ ਤਰੱਕੀ ਕਰੋਗੇ ਬਾਈ ਜੀ ਇਹੋ ਜੇ ਬੋੜ ਗੀਤਕਾਰਾਂ ਦਾ ਅਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ ਜਿਉਂਦੇ ਰਹੋ ਵੀਰ ਚਲੋ ਹੁਣ ਪਾ ਤੁਹਾਡੇ ਨਾਮ ਦੱਸ ਦਿੰਨੇ ਆ ਜਿਨ੍ਹਾਂ ਨੇ ਪਿੰਡ ਦੇਤਵਾਲ ਦੀ ਡਾਕੂਮੈਂਟਰੀ ਦੇਖ ਕੇ ਸਾਨੂੰ ਹੱਲਾਸ਼ੇਰੀ ਲਈ ਕਮੈਂਟ ਕੀਤੇ ਆ ਸਭ ਤੋਂ ਪਹਿਲਾਂ ਹਰਦੀਪ ਸਿੰਘ ਥਿੰਦ ਜੀ ਸਾਜਦ ਹੁਸੈਨ ਜੀ ਪਾਕਿਸਤਾਨ ਤੋਂ ਫਿਰ ਕੁਲਵੰਤ ਸਿੰਘ ਕੁਲਵੰਤ ਜੀ ਆਸ਼ਾ ਰਾਣੀ ਜੀ ਜਸਵੀਰ ਕੌਰ ਜੀ ਸੁਖਮਨ ਜੀ ਅਮਨਜੋਤ ਸਿੰਘ ਜੀ ਹਰਦੀਪ ਸਿੰਘ ਸਿਮਕ ਜੀ ਪਿੰਡ ਲੀਹਾ ਤੋਂ ਹਰਦੀਪ ਸਿੰਘ ਪਿੰਡ ਨੰਗਲ ਕਲਾਂ ਤੋਂ ਮੋਨੂ ਸੋਹਤਾ ਜੀ ਨਿੱਕੂ ਸੰਦੀਪ ਜੀ ਗੁਰਮukh ਸਿੰਘ ਬਾਈ ਜੀ ਸੁਖਦੇਵ ਸਿੰਘ ਵੀਰ ਜੀ ਅਨਿਲ ਜੈਸਵਾਲ ਜੀ ਰਾਜਦੀਪ ਚੋਹਾਨ ਜੀ ਪੀਰ सय्यद ਆਬਿਦਲੀ ਜੀ ਪਾਕਿਸਤਾਨ ਤੋਂ ਜਿਨ੍ਹਾਂ ਦਾ ਪਿਛਲਾ ਪਿੰਡ ਨੂਰਪੁਰਵੇਟਾ ਮਨੀ ਮਾਨ ਜੀ ਕ੍ਰਿਸ਼ਨ ਸਿੰਘ ਸੁਲੰਕੀ ਜੀ ਰਜਿੰਦਰ ਕੌਰ ਇਨਸਾਨ ਭੈਣ ਜੀ ਜਗਦੇਵ ਸਿੰਘ ਸਿੱਧੂ ਏਐਸਆਈ ਸਾਹਿਬ ਪਿੰਡ ਬਜ਼ੁਰਗ ਤੋਂ ਸਮਾਈਲ ਪਲੀਜ਼ ਚੈਨਲ ਵਾਲੇ ਇਹ ਕਹਿੰਦੇ ਕਿ ਤੁਸੀਂ ਪੀਰ ਬਾਬਾ ਜੀ ਦੀ ਜਗਾ ਤੇ ਜਿੰਮ ਨਹੀਂ ਦਿਖਾਇਆ ਵੀਰ ਉਹਦੇ ਲਈ ਤਾਂ ਹੁਣ ਮੈਂ ਮਾਫੀ ਵੀ ਮੰਗ ਸਕਦਾ ਫਿਰ ਹੁਸ਼ਿਆਰ ਸਿੰਘ ਸਿੱਧੂ ਯੂ ਐਸ ਏ ਤੋਂ ਇਹਨਾਂ ਦਾ ਪਿੰਡ ਸੰਗਤਪੁਰਾ ਤੇ ਅਜੇ ਕੁਮਾਰ ਜੀ ਦੋਸਤੋ ਅਸੀਂ ਤੁਹਾਡਾ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਹਾਂ ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਤੇ ਸੱਚ ਹਾਂ ਅੱਜ ਸੋਮਵਾਰ ਨੂੰ ਅਸੀਂ ਤੁਹਾਨੂੰ ਪਿੰਡ ਘਮਨੇਵਾਲ ਜ਼ਿਲ੍ਹਾ ਲੁਧਿਆਣਾ ਤੇ ਮੰਗਲ ਤੇ ਬੁੱਧਵਾਰ ਨੂੰ ਪਿੰਡ ਬਲੀਪੁਰ ਜ਼ਿਲ੍ਹਾ ਲੁਧਿਆਣਾ ਦਿਖਾਵਾਂਗੇ ਜ਼ਰੂਰ ਦੇਖਿਓ ਇਹ ਦੋਵੇਂ ਪਿੰਡ ਹੰਬੜਾ ਕਸਵੇ ਦੇ ਕੋਲ ਨੇ ਤੇ ਬਲੀਪੁਰ ਪਿੰਡ ਚ ਤਾਂ ਤੁਹਾਨੂੰ ਪਾਕਿਸਤਾਨੀ ਪਰਿਵਾਰਾਂ ਨਾਲ ਵੀ ਮਿਲਾਵਾਂਗੇ ਜਿਹੜੇ 1947 ਤੋਂ ਪਹਿਲਾਂ ਬਲੀਪੁਰ ਪਿੰਡ ਚ ਰਹਿੰਦੇ ਹੁੰਦੇ ਸੀ ਜ਼ਰੂਰ ਦੇਖਿਓ ਤੇ ਅਸੀਂ ਦਿਲੋਂ ਨਿੱਕੂ ਫੌਜੀ ਵੀਰ ਜੀ ਦਾ ਤੇ ਮਨਦੀਪ ਸਿੰਘ ਵੀਰ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪਿੰਡ ਦੇਤਵਾਲ ਦੀ ਡਾਕੂਮੈਂਟਰੀ ਬਣਾਉਣ ਚ ਸਾਡਾ ਬਹੁਤ ਸਹਿਯੋਗ ਕੀਤਾ ਜਿਉਂਦੇ ਰਹੋ ਵੀਰੋ ਫਿਰ ਅਸੀਂ ਪੂਰੇ ਦੇਤਵਾਲ ਨਗਰ ਨਿਵਾਸੀਆਂ ਦੇ ਵੀ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਇੰਨੀਆਂ ਜਾਣਕਾਰੀਆਂ ਦਿੱਤੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਵੱਸਦੇ ਰਹੋ ਰੱਬ ਰੱਖਾ ਦੋਸਤੋ you cool.